ਚੋਣਾਂ ਆ ਗਈਆਂ ਨੇ ਅਸੀਂ ਨਾ ਬੜੇ ਲੋਕ ਜਿਹੜੇ ਆ ਕਨਫਿਊਜ਼ ਹੋ ਜਾਂਦੇ ਨੇ ਇੱਕ ਲੀਡਰ ਆ ਕੇ ਕਹਿ ਦਿੰਦਾ ਜੀ ਮੈਂ ਬੀਬੀਆਂ ਨੂੰ 1000 ਰੁਪਈਆ ਦਊਂਗਾ ਹਫ਼ਤੇ ਕੁ ਬਾਅਦ ਦੂਜਾ ਆ ਕੇ ਕਹਿ ਦਿੰਦਾ ਕਿ ਮੈਂ 2000 ਰੁਪਈਆ ਵੀ ਦੇ ਦੂੰਗਾ ਨਾਲ ਸਕੂਟਰੀ ਵੀ ਦੇ ਦੂੰਗਾ ਨਾਗਰਿਕਾਂ ਦੀ ਬਹੁਤੀ ਜਿਹੜੀ ਗਿਣਤੀ ਹੈ ਉਹ ਵਿਚਾਰੇ ਅਨਪੜ੍ਹ ਨੇ ਵਿੱਦਿਆ ਤੋਂ ਵਿਹੀਣੇ ਨੇ ਉਹਨਾਂ ਨੂੰ ਆਪਣੇ ਫਰਜ਼ਾਂ ਦਾ ਵੀ ਨਹੀਂ ਪਤਾ ਅਤੇ ਉਹਨਾਂ ਦੀ ਉਹਨਾਂ ਨੂੰ ਇੱਕ ਭੁੱਖ 'ਚ ਰੱਖਿਆ ਜਾਂਦਾ ਆਟਾ ਦਾਲ ਦੀ ਆਟਾ ਦਾਲ ਸਕੀਮਾਂ ਦੇ ਵਿੱਚ ਮੁਫਤ ਦੀਆਂ ਸਕੀਮਾਂ ਦੇ ਵਿੱਚ ਤਾਂ ਕਿ ਕਦੇ ਵੀ ਉਹ ਸੋਚਣੀ ਨਾ ਕਿ ਅਸੀਂ ਕੰਮ ਵੀ ਕਰਨਾ ਰਾਤ ਦੀ ਬਚੀ ਹੋਈ ਰੋਟੀ ਸਵੇਰੇ ਤੜਕੇ ਭਾਵਾਂ ਕੁੱਤੇ ਨੂੰ ਪਾ ਦਿਓ ਅਤੇ ਭਾਵਾਂ ਗਰੀਬ ਬੰਦੇ ਨੂੰ ਦੇ ਦਿਓ ਰਾਤ ਦੇ ਲੁਟੇਰੇ ਨੂੰ ਪੁੰਨ ਲੱਗੂਗਾ ਕਮਾਲ ਦੀ ਗੱਲ ਹੈ ਉੱਥੇ ਫਿਰ ਲੋਕ ਰਾਜ ਨੂੰ ਕਾਫੀ ਖਤਰਾ ਹੈ ਚੋਣ ਮਨੋਰਥ ਪੱਤਰ ਚੋਣ ਮੈਨੀਫੈਸਟੋ ਜਿਨ੍ਹਾਂ ਨੂੰ ਕਹਿੰਦੇ ਹੈ ਮੈਂ ਉਹਨਾਂ ਨੂੰ ਪੰਜਾਬੀ 'ਚ ਕਹਿੰਦਾ ਚੋਰ ਮਨੋਰਥ ਪੱਤਰ ਚੋਰਾਂ ਦਾ ਮਨੋਰਥ ਹੈ ਉਹਨਾਂ ਦਾ ਪੱਤਰ ਜਾਰੀ ਕਰਦੇ ਪਲੰਦੇ ਝੂਠ ਦੇ ਪਲੰਦੇ ਪਰ ਇਹ ਸਾਰਾ ਕੁਛ ਨਾਗਰਿਕ 'ਤੇ ਅਤੇ ਵੋਟਰ 'ਤੇ ਨਿਰਭਰ ਕਰਦਾ ਉਹਨਾਂ ਨੇ ਗੱਲ ਨੂੰ ਭੰਬੜ ਭੂਸੇ ਪਾਇਆ ਹੋਇਆ ਕਿ ਸਾਰੇ ਹੀ ਇੱਦਾਂ ਕਰਦੇ ਨੇ ਪੰਜਾਬ ਦੇ ਵਿੱਚ ਕੇਜਰੀਵਾਲ ਆ ਕੇ ਕਹਿੰਦੇ ਨੇ ਵੀ ਮੈਂ 1000 ਰੁਪਈਆ ਦਊਂਗਾ ਅਤੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਵੀ ਪੰਜਾਬ ਦੇ ਲੋਕ ਤਾਂ ਬੜੇ ਅਣਖੀ ਨੇ ਅਸੀਂ ਭਖਾਰੀ ਨਹੀਂ ਪਰ ਮਹੀਨੇ ਬਾਅਦ ਲੋਕਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ ਕਹਿੰਦੇ ਮੈਂ 2 ਦੇ ਦੂੰਗਾ ਇਹਨਾਂ ਨੇ ਵਾਅਦੇ ਕੀਤੇ ਨਾ ਇਹਨੂੰ ਕਹਿੰਦੇ ਜੁਮਲਾ ਇਹ ਸਾਰੇ ਜੁਮਲਾ ਜੀਵੀ ਨੇ ਦੇਣਾ ਕੁਛ ਨਹੀਂ ਇੱਥੋਂ ਤੱਕ 100 ਕਰੋੜ ਤੱਕ ਦਾ ਚੰਦਾ ਵੀ ਲੁਧਿਆਣੇ ਸ਼ਹਿਰ 'ਚ ਦਿੱਤਾ ਜਾਂਦਾ ਔਰ ਪਾਰਟੀ ਨੂੰ ਦਿੱਤਾ ਜਾਂਦਾ ਅਤੇ ਜਿਹੜੀ ਪਾਰਟੀ ਨੂੰ 100 ਕਰੋੜ ਰੁਪਈਆ ਦਿੱਤਾ ਜਾਊ ਜਾਂ 50 ਕਰੋੜ ਰੁਪਈਆ ਦਿੱਤਾ ਜਾਊ ਉਹ ਪਾਰਟੀ ਉਹਦੇ ਮਾਮੇ ਦੇ ਪੁੱਤ ਤਾਂ ਹੀ ਨਹੀਂ ਅਤੇ ਫਿਰ ਉਹ ਤੋਂ ਕੰਮ ਲਊਗਾ ਅਗਲੇ 5 ਸਾਲ ਕੰਮ ਲੈ ਪੂਰਾ ਠੋਕ ਕੇ ਪੰਡਿਤ ਦੀ ਨਵੀਂ ਧੋਤੀ ਪਵਾ ਦਿੰਦੇ ਆ ਵੀ ਲਓ ਪੰਡਿਤ ਜੀ ਤੁਸੀਂ ਵੀ ਆਪਣੀ ਧੋਤੀ ਨੂੰ ਬਦਲੋ ਭਾਈ ਉਹ ਫਿਰ ਕਹਿੰਦਾ ਵੀ ਸ਼ਨੀਦੇਵ ਕੀ ਕਿਰਪਾ ਹੈ ਇਸ ਕਰਕੇ ਇਹੋ ਜਿਹਾ ਕੰਮ ਧਾਰਮਿਕ ਬੰਦਾ ਤੋਂ ਸਲੰਮਾਂ 'ਚ ਲਿਆ ਜਾਂਦਾ ਅਤੇ ਉਹ ਐਨ ਬਲਾਕ ਵੋਟਾਂ ਇੱਕ ਬੰਦੇ ਨੂੰ ਪਾਉਂਦੇ ਆ ਪੰਡਿਤ ਦੀ ਨਵੀਂ ਧੋਤੀ ਪਵਾ ਦਿੰਦੇ ਆ ਵੀ ਲਓ ਪੰਡਿਤ ਜੀ ਤੁਸੀਂ ਵੀ ਆਪਣੀ ਧੋਤੀ ਨੂੰ ਬਦਲੋ ਭਾਈ ਉਹ ਫਿਰ ਕਹਿੰਦਾ ਵੀ ਸ਼ਨੀਦੇਵ ਕੀ ਕਿਰਪਾ ਹੈ ਇਸ ਕਰਕੇ ਇਹੋ ਜਿਹਾ ਕੰਮ ਧਾਰਮਿਕ ਬੰਦਾ ਤੋਂ ਸਲੰਮਾਂ 'ਚ ਲਿਆ ਜਾਂਦਾ ਅਤੇ ਉਹ ਐਨ ਬਲਾਕ ਵੋਟਾਂ ਇੱਕ ਬੰਦੇ ਨੂੰ ਹੀ ਪਾਉਂਦੇ ਆ ਗੱਲ ਇਹ ਬੜੀ ਚਰਚਾ ਦੇ ਵਿੱਚ ਰਹਿੰਦੀ ਹੈ ਕਿ ਇਹਨਾਂ ਦਾ ਆਪਸੀ ਦੇ ਵਿੱਚ ਫਰੈਂਡਲੀ ਮੈਚ ਹੁੰਦਾ ਟੀਵੀ 'ਤੇ ਲੜਦੇ ਰਹਿੰਦੇ ਨੇ ਫਰੈਂਡਲੀ ਤਾਂ ਸੱਤ ਬਗਾਨੇ ਨਾਲ ਵੀ ਹੁੰਦਾ ਇਹ ਤਾਂ ਇੱਕ ਜਿਹਦੇ ਕੁੜਮ ਨੇ ਇਹ ਤਾਂ ਬਕਾਇਦਾ ਨਾਨਕਾ ਮੇਲਾ ਉੱਥੇ ਸਿੱਠਣੀਆਂ ਦਿੰਦੇ ਨੇ ਗਾਉਂਦਿਆਂ ਦੀਆਂ ਸਿੱਠਣੀਆਂ ਅਤੇ ਲੜਦਿਆਂ ਦੀਆਂ ਗਾਲਾਂ ਫਿਰ ਸਿੱਠਣੀਆਂ ਕਹਿੰਦੇ ਵੀ ਖਾਧੇ ਸੀ ਲੱਡੂ ਅਤੇ ਜੰਮੇ ਸੀ ਡੱਡੂ ਵੀ ਕਿੱਧਰ ਗਈਆਂ ਵੇ ਤੇਰੀਆਂ ਨਾਨਕੀਆਂ ਇਹ ਵੀ ਗੱਲ ਆ ਜਾਂਦੀ ਹੈ ਕਿ ਜਦੋਂ ਚੋਣਾਂ ਆਉਂਦੀਆਂ ਨੇ 3 ਕੁ ਮਹੀਨੇ ਪਹਿਲੇ ਨਾ ਵਫਾਦਾਰੀ ਜਿਹੜੀ ਸ਼ਬਦ ਹੈਗਾ ਉਹ ਖਤਮ ਹੋ ਜਾਂਦਾ ਜ਼ਮੀਰ ਤਾਂ ਹੈ ਨਹੀਂ ਰਾਜਨੀਤਿਕ ਚੇਤਨਾ ਹੈ ਨਹੀਂ ਜਿਹੜੀ ਇਹਨਾਂ ਦੀ ਰਾਜਨੀਤਿਕਤਾ ਜਿਹੜੀ ਹੈਗੀ ਰਾਜਨੀਤਿਕਤਾ ਰਾਜਨੀਤੀ ਸਭ ਲੁੱਟ ਖੋਹਣ ਦੀ ਹੈ ਚੌਧਰ ਦੀ ਅਤੇ ਲੁੱਟ ਖੋਹਣ ਦੀ ਸ਼ੋਸ਼ਣ ਦੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਹਾਂ ਉਹਨਾਂ ਨੇ ਭਗਵੰਤ ਮਾਨ ਨੂੰ ਕੀ ਲੱਗਦਾ ਤੁਹਾਨੂੰ ਭਗਵੰਤ ਮਾਨ ਇਹਦੇ ਬੋਲਣ ਦੀ ਹਾਜ਼ਰੀ ਬਕਾਇਦਾ ਸਾਹਮਣੇ ਆਉਂਦੀ ਵਾਕਈ ਬੋਲਿਆ ਹਾਂ ਪੰਜਾਬੀਆਂ ਦੀ ਆਵਾਜ਼ ਚੁੱਕਦਾ ਆਵਾਜ਼ ਚੁੱਕੀ ਆ ਉਹਨੇ ਨਹੀਂ ਤਾਂ ਪੰਜਾਬ ਦਾ ਜਿਹੜਾ ਸਿੱਖ ਸਰਦਾਰ ਹੈ ਉਹਨਾਂ ਦਾ ਕਿਰਦਾਰ ਵੀ ਦਿੱਲੀ 'ਚ ਵੇਖ ਲਓ ਕੀ ਹੁੰਦਾ ਪੰਜਾਬ ਦੇ ਵਿੱਚ ਚੋਣਾਂ ਨੂੰ ਲਗਭਗ 1 ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ ਤੁਸੀਂ ਰੋਜ਼ ਹੀ ਲੀਡਰਾਂ ਦੀ ਇਹ ਵਾਅਦੇ ਸੁਣਦੇ ਹੋ ਉਹਨਾਂ ਦੀਆਂ ਗੱਲਾਂ ਸੁਣਦੇ ਹੋ ਪਰ ਅੱਜ ਤੁਹਾਨੂੰ ਅਸੀਂ ਬਾਪੂ ਬਲਕੌਰ ਸਿੰਘ ਜੀ ਨਾਲ ਮਿਲਾਵਾਂਗੇ ਲੋੜ ਹੈ ਕਿ ਅਸੀਂ ਉਹ ਬੁੱਧੀਜੀਵੀਆਂ ਦੇ ਨਾਲ ਵਿਦਵਾਨਾਂ ਦੇ ਨਾਲ ਵੀ ਗੱਲਬਾਤ ਕਰੀਏ ਤਾਂ ਕਿ ਸਾਨੂੰ ਮਾਰਗਦਰਸ਼ਕ ਮਿਲ ਸਕੇ ਵੀ ਅਸੀਂ ਕਿਹਨੂੰ ਵੋਟਾਂ ਪਾਈਏ ਬਾਪੂ ਜੀ ਸਵਾਗਤ ਹੈ ਤੁਹਾਡਾ ਚੋਣਾਂ ਆ ਗਈਆਂ ਨੇ ਅਸੀਂ ਨਾ ਬੜੇ ਲੋਕ ਜਿਹੜੇ ਆ ਕਨਫਿਊਜ਼ ਹੋ ਜਾਂਦੇ ਨੇ ਇੱਕ ਲੀਡਰ ਆ ਕੇ ਕਹਿ ਦਿੰਦਾ ਜੀ ਮੈਂ ਬੀਬੀਆਂ ਨੂੰ 1000 ਰੁਪਈਆ ਦਊਂਗਾ ਹਫ਼ਤੇ ਕੁ ਬਾਅਦ ਦੂਜਾ ਆ ਕੇ ਕਹਿ ਦਿੰਦਾ ਕਿ ਮੈਂ 2000 ਰੁਪਈਆ ਵੀ ਦੇ ਦੂੰਗਾ ਨਾਲ ਸਕੂਟਰੀ ਵੀ ਦੇ ਦੂੰਗਾ ਲੋਕ ਤਾਂ ਬੜੇ ਭੰਬਲ ਭੂਸੇ 'ਚ ਪਏ ਹੋਏ ਨੇ ਹੁਣ ਕਰੀਏ ਕੀ ਇਹੋ ਜਿਹੇ ਮਾਹੌਲ ਦੇ ਵਿੱਚ ਦੇਖੋ ਬੇਟਾ ਸਿਆਸਤਦਾਨਾਂ ਨੇ ਤੁਹਾਨੂੰ ਭੰਬਲ ਭੂਸੇ 'ਚ ਪਾਉਣਾ ਲੋਕ ਰਾਜ ਦੇ ਵਿੱਚ ਲੋਕ ਰਾਜ ਦਾ ਸਿਸਟਮ ਨਾਗਰਿਕ ਦਾ ਹੋਣਾ ਅਤੇ ਵੋਟਰ ਹੋਣਾ ਇਹ 3 ਨਾਲੋਂ ਨਾਲ ਚੱਲ ਰਿਹਾ ਹੈ ਲੋਕ ਰਾਜ ਤਾਂ ਵਧੀਆ ਹੋਊਗਾ ਜੇ ਨਾਗਰਿਕ ਹੈ ਅਤੇ ਵੋਟਰ ਹੈ ਉਹ ਸਮਝਦਾਰ ਹੈ ਚੇਤਨ ਹੈ ਆਪਦੇ ਹੱਕਾਂ ਨੂੰ ਜਾਣਦਾ ਅਤੇ ਆਪਣੇ ਫਰਜ਼ਾਂ ਨੂੰ ਪਛਾਣਦਾ ਫਿਰ ਲੋਕਤੰਤਰ ਹੈ ਕਾਮਯਾਬ ਹੁੰਦਾ ਬੇਸ਼ੱਕ ਸਾਡੇ ਮੁਲਕ ਦੇ ਵਿੱਚ ਲੋਕਤੰਤਰ ਆ ਗਿਆ ਬੜੀ ਖੁਸ਼ੀ ਦੀ ਗੱਲ ਹੈ ਵੀ ਲੋਕਤੰਤਰ ਲਿਆਂਦਾ ਗਿਆ
पर उहदे मानसिक तौर ते उहदे हाण दा अजे तक साडे नागरिक नहीं होए। नागरिकां दी बहुती जिहड़ी गिणती है वह बेचारे अनपढ़ ने, विद्या तो विहीणे ने, उन्हां नूं अपने फर्जां दा भी नहीं पता ते उन्हां दी उन्हां नूं इक भुख च रख्या जांदा आटा दाल दी, आटा दाल स्कीमां दे विच, मुफ्त दीआं स्कीमां दे विच, तां कि कदे भी वह सोचणी ना कि असीं कम भी करना कि शाम नूं पक्की हुई रोटी दे दिओ, सवेरे तड़के रात की बची हुई वेही पा दिओ, भावें बंदे नूं पा दिओ, भावें कुत्ते नूं पा दिओ, हिंदुस्तान दे विच पौना लगदा है रात की बची हुई रोटी सवेरे तड़के भावें कुत्ते नूं पा दिओ ते भावें गरीब बंदे नूं दे दिओ, रात दे लुटेरे नूं पुन्न लगूगा। कमाल की गल है, उत्थे फिर लोक राज नूं काफ़ी खतरा है ते उन्हां नूं ये भी नहीं पता भी साढ़े करके खतरा है। वह तो कहिंदे धन है, ये तो विक्रमाजीत ने, ये तो करणदानी ने, इन्हां दीआं जड़ां पताल च लग जाण, ये दुद्धी नहाउण ते पुत्ती फड़ लो, जिन्हां नूं भुखा रखा जांदा उही इन्हां नूं फिर असीसां भी दिंदे आ लुटेरियां नूं। ये साडा दुखांत भी हैगा मुल्क दा। इस करके ਭੰਬਲ ਭੂਸਾ ਰਾਜਨੀਤੀਵਾਨਾਂ ਨੇ ਬਕਾਇਦਾ ਪਾਇਆ ਹੋਇਆ, ਲੋਕਾਂ ਨੂੰ ਫੈਸਲਾ ਕਰਨਾ ਬੜਾ ਔਖਾ ਹੋ ਗਿਆ। ਔਰ ਹੈਰਾਨ ਮੰਨੂੰਗੇ ਵੀ ਜਿਹੜੀਆਂ ਰਵਾਇਤੀ ਪਾਰਟੀਆਂ ਕੋਲ ਧਨ ਬਹੁਤ ਹੈ, ਕਿਉਂਕਿ ਧਨ ਉਹਨਾਂ ਨੇ ਕਮਾਇਆ ਹੈ, ਨਜਾਇਜ਼ ਤਰੀਕੇ ਨਾਲ ਕਮਾਇਆ ਹੈ। ਪਹਿਲਾਂ ਤਾਂ ਟਿਕਟਾਂ ਲੈਣ ਵੇਲੇ MLA ਦੀਆਂ ਟਿਕਟਾਂ ਲੈਣ ਲਈ ਧਨ ਦਿੱਤਾ ਜਾ ਰਿਹਾ, ਪੱਕੀ ਗੱਲ ਹੈ। ਜੇ ਕੋਈ ਕਹੇ ਨਾ ਜੀ ਵੀ ਮੈਂ ਤਾਂ ਦੁੱਧ ਧੋਤਾ ਧਨ ਭਾਗ, ਪਰ ਟਿਕਟ ਵੇਲੇ ਪੈਸੇ 5 ਕਰੋੜ ਤੋਂ ਲੈ ਕੇ 10 ਕਰੋੜ ਤੱਕ ਵੀ ਚੱਲਿਆ, ਚੱਲਦਾ ਅਤੇ ਹੁਣ ਵੀ ਚੱਲ ਰਿਹਾ। ਪ੍ਰਚਾਰ 'ਤੇ ਵੀ ਲੱਗਦੇ ਕਰੋੜ, ਪ੍ਰਚਾਰ ਵੱਖਰਾ, ਉਹ ਜਿੰਨਾ ਮਰਜ਼ੀ। ਫਿਰ ਉਸ ਤੋਂ ਬਾਅਦ ਲੋਕਾਂ ਨੂੰ ਵੋਟਾਂ ਵੇਲੇ ਪੈਸੇ ਦੇਣੇ ਆ ਨਕਦ, ਔਰ ਫਿਰ 2 ਨੰਬਰ ਦੀ ਸ਼ਰਾਬ ਵੀ ਪਿਉਣੀ ਹੈ, ਅਤੇ ਫਿਰ ਰਿਆਇਤਾਂ ਦਾ ਜਿਹੜੇ ਇਹਨਾਂ ਦੇ ਚੋਣ ਮਨੋਰਥ ਪੱਤਰ ਆ, ਜਿਹੜੇ ਚੋਣ ਮਨੋਰਥ ਪੱਤਰ, ਚੋਣ ਮੈਨੀਫੈਸਟੋ ਜਿਨ੍ਹਾਂ ਨੂੰ ਕਹਿੰਦੇ ਆ, ਮੈਂ ਉਹਨਾਂ ਨੂੰ ਪੰਜਾਬੀ 'ਚ ਕਹਿੰਦਾ ਚੋਰ ਮਨੋਰਥ ਪੱਤਰ, ਚੋਰਾਂ ਦਾ ਮਨੋਰਥ ਹੈ ਉਹਨਾਂ ਦਾ ਪੱਤਰ ਜਾਰੀ ਕਰਦੇ ਹਾਂ, ਪਲੰਦੇ ਝੂਠ ਦੇ ਪਲੰਦੇ। ਪਰ ਇਹ ਸਾਰਾ ਕੁਛ ਨਾਗਰਿਕ 'ਤੇ ਅਤੇ ਵੋਟਰ 'ਤੇ ਨਿਰਭਰ ਕਰਦਾ, ਉਹਨਾਂ ਨੇ ਗੱਲ ਨੂੰ ਭੰਬੜ ਭੂਸੇ ਪਾਇਆ ਹੋਇਆ। ਸਾਹਮਣੇ ਜਦੋਂ ਗੱਲ ਆਉਂਦੀ ਹੈ ਤਾਂ ਨਿਰਾਸ਼ਤਾ ਵੀ ਆਉਂਦੀ ਹੈ, ਪਰ ਨਿਰਾਸ਼ਤਾ 'ਚ ਜੇ ਰਹੀਏ ਤਾਂ ਵੀ ਸਿਆਸਤਦਾਨਾਂ ਨੂੰ ਫਾਇਦਾ ਹੈ। ਲੋਕ ਨਿਰਾਸ਼ ਵੀ ਹੋਣ, ਹਤਾਸ਼ ਵੀ ਹੋਣ, ਬੇਆਸ ਵੀ ਹੋਣ, ਇਹ ਉਹਨਾਂ ਲਈ ਫਾਇਦਾ। ਸਾਨੂੰ ਜਾਗਣਾ ਪਊਗਾ, ਆਪਦੇ ਹੱਕਾਂ ਦੀ ਪਛਾਣ ਕਰਨੀ ਪਊ, ਵੋਟ ਦੀ ਕੀਮਤ ਦਾ ਪਤਾ ਲੈਣਾ ਪਊ, ਜ਼ਮੀਰ ਦਾ ਪਤਾ ਲੈਣਾ ਪਊਗਾ, ਫਿਰ ਅਸੀਂ ਇਹਦੇ ਵਿੱਚ ਨਿਕਲ ਸਕਦੇ ਹਾਂ। ਲੋਕ ਕਰਨ ਕੀ, ਸਾਰੇ ਹੀ ਇੱਦਾਂ ਕਰਦੇ ਨੇ। ਪੰਜਾਬ ਦੇ ਵਿੱਚ ਕੇਜਰੀਵਾਲ ਆ ਕੇ ਕਹਿੰਦੇ ਨੇ ਵੀ ਮੈਂ 1000 ਰੁਪਈਆ ਦਊਂਗਾ, ਅਤੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਵੀ ਪੰਜਾਬ ਦੇ ਲੋਕ ਤਾਂ ਬੜੇ ਅਣਖੀ ਨੇ, ਅਸੀਂ ਭਖਾਰੀ ਨਹੀਂ, ਪਰ ਮਹੀਨੇ ਬਾਅਦ ਲੋਕਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਜਦੋਂ ਕਹਿੰਦੇ ਮੈਂ 2 ਦੇ ਦੂੰਗਾ। ਉਦੋਂ ਪਹਿਲੇ ਸਵਾਲ ਕੀਤਾ ਜਾਂਦਾ ਸੀਗਾ ਵੀ ਪੈਸਾ ਕਿੱਥੋਂ ਆਊਗਾ, ਹਜ਼ਾਰ ਖਜ਼ਾਨਾ ਖਾਲੀ ਹੈ, 72,000 ਕਰੋੜ ਆਪਣਾ ਸਾਲ ਦਾ ਬਣਦਾ, 72,000 ਕਰੋੜ ਦਾ ਆਦੇ ਕਰਜ਼ਾ ਵੀ ਬਣੀ ਬੈਠਿਆ। ਇਹ ਇਹ ਹੁਣ ਇੰਨੇ ਵਾਅਦੇ ਕਰੀ ਜਾਂਦੇ ਨੇ, ਇਹ ਪੈਸੇ ਕਿੱਥੋਂ ਲੈ ਕੇ ਆਉਣਗੇ? ਦੇਖੋ ਇਹਨਾਂ ਨੇ ਵਾਅਦੇ ਕੀਤੇ ਆ ਨਾ, ਇਹਨੂੰ ਕਹਿੰਦੇ ਜੁਮਲਾ, ਇਹ ਸਾਰੇ ਜੁਮਲਾ ਜੀਵੀ ਨੇ, ਦੇਣਾ ਕੁਛ ਨਹੀਂ, ਵਾਅਦੇ ਕਰ ਲਏ। ਲੋਕ ਭੋਲੇ ਭੰਡਾਰੇ ਨੇ, ਇਹਨਾਂ ਦੇ ਜੁਮਲਿਆਂ ਅਤੇ ਵਾਅਦਿਆਂ ਦੇ ਸ਼ਿਕਾਰ ਹੋ ਜਾਣਗੇ, ਵੋਟਾਂ ਇਹੀ ਲੈ ਜਾਣਗੇ। ਜਿਹੜਾ ਵੀ ਤੁਹਾਡੇ ਸਾਰੇ ਪੰਜਾਬ ਦੇ ਵਿੱਚ ਕੋਈ ਜ਼ਮੀਰ ਵਾਲਾ ਬੰਦਾ, ਲੋਕ ਹਿੱਤਾਂ ਦੀ ਗੱਲ ਕਰਨ ਵਾਲਾ ਬੰਦਾ ਖੜ੍ਹਾ ਹੋ ਜਾਵੇ, ਉਹਦੀ ਜ਼ਮਾਨਤ ਜ਼ਬਤ ਹੋਊ, ਪੱਕੀ ਗੱਲ ਹੈ। ਅਤੇ ਜਿਹੜਾ ਬੰਦਾ ਪੂਰੇ ਦਰਜੇ ਦਾ ਜੁਮਲਾ ਜੀਵੀ ਹੈ, ਕਦੇ ਕੰਮ ਕਰਨਾ ਨਹੀਂ, ਖਜ਼ਾਨਾ ਸਦਾ ਖਾਲੀ ਰਹਿਣਾ, ਦੇਸ਼ ਨੂੰ ਖਤਰਾ ਪੱਕਾ, ਧਰਮ ਨੂੰ ਖਤਰਾ ਪੱਕਾ ਹੈ, ਦੀਨ ਨੂੰ ਖਤਰਾ ਪੱਕਾ ਹੈ, ਪੰਥ ਨੂੰ ਖਤਰਾ ਪੱਕਾ ਹੈ, ਇਹ ਚੀਜ਼ਾਂ ਕਰਕੇ ਜਾਤ ਪਾਤ ਦੇ ਕੈਂਸਰ ਨੂੰ ਵੱਡਾ ਕਰਨਾ, ਊਚ ਨੀਚ ਦੇ ਫੋੜੇ ਨੂੰ ਵੱਡਾ ਕਰਨਾ, ਅਤੇ ਵੋਟਾਂ ਇਹ ਲੈ ਜਾਂਦੇ ਆ। ਸ਼ਰੀਫ ਬੰਦਾ, ਜ਼ਮੀਰ ਵਾਲਾ ਬੰਦਾ, ਲੋਕ ਹਿੱਤਾਂ ਨੂੰ ਚਾਹੁਣ ਵਾਲਾ ਬੰਦਾ ਸਿਰਫ ਅਤੇ ਸਿਰਫ ਜਮਾਨ ਅਤੇ ਜ਼ਬਤ ਕਰਾ ਕੇ ਘਰੇ ਜਾਊਗਾ। ਤੁਸੀਂ ਵੀ ਲੜੇ ਹੋਏ ਚੋਣਾਂ? ਮੈਂ ਬੜਾ ਨੇੜੋਂ ਵੇਖਿਆ, ਮੈਨੂੰ ਪਹਿਲਾਂ ਪਤਾ ਨਹੀਂ ਸੀ ਤੁਹਾਨੂੰ ਕਿਸੇ ਦੀ ਚੋਣਾਂ ਲੜਨ ਦੀ, ਉਹ ਪਤਾ ਲੈਣ ਲਈ। ਅੱਛਾ, ਮੈਂ ਯਾਰ ਪਤਾ ਤਾਂ ਲਈਏ, ਇੱਕ ਹੁੰਦਾ ਬਾਹਰੋਂ ਜਾ ਕੇ ਪਤਾ ਲੱਗਣਾ, ਇੱਕ ਥੀਏਟਰ 'ਚ ਜਾ ਕੇ ਪਤਾ ਲੱਗਣਾ, ਬਾਹਰ ਦੇ ਬੈਠੇ ਤੁਸੀਂ ਨਾਟਕ ਵੇਖੋ ਨਾ ਬਤੌਰ ਦਰਸ਼ਕ, ਅਤੇ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਨਾਟਕ ਕੀ ਚੀਜ਼ ਹੈ, ਸਿਰਫ ਉੱਥੇ ਤਾੜੀਆਂ ਮਾਰਨ ਵਾਲੇ ਹੁੰਦੇ ਆ, ਪਰ ਨਾਟਕ ਦੇ ਪਿਛਲੇ ਪਾਸੇ ਕੀ ਹੁੰਦਾ ਉਦੋਂ ਪਤਾ ਲੱਗਿਆ। ਕੀ ਦੇਖਿਆ? ਕੀ ਵੀ ਦੇਖਿਆ? ਬਿਲਕੁਲ ਤੁਹਾਡੀ ਗੱਲ ਸੁਣਾ ਨਿਆ, ਮੈਨੂੰ ਹੈਰਾਨ ਮੰਨੋਗੇ ਕਿ ਵੱਡੇ ਘਰਾਂ 'ਚ ਵੀ ਜਾਣਾ ਪਿਆ, ਜਿਹੜੇ ਕਰੋੜਾਂ ਪਤੀ ਨੇ ਲੁਧਿਆਣਾ ਸ਼ਹਿਰ ਦੇ, ਹਾਂ ਵੱਡੇ ਘਰ
दस भी हज़ार पंजा हज़ार या लख दो लख बंदे चंदा नहीं देंगे। अच्छा। करोड़ बिल्कुल जे तुम कहो दस करोड़ वह भी थोड़ा है। अच्छा। जे कहो भी करोड़ वह भी थोड़ा है। इतों तक कि 100 करोड़ तक का चंदा भी लुधियाने शहर दिता जाता है। अच्छा। और पार्टी दिता जाता है तो जी पार्टी 100 करोड़ रुपया दिता जाऊ या 50 करोड़ रुपया दिता जाऊ वो पार्टी वो मामे के पुतता ही नहीं तो फिर वो तो कम लूगा अगले 5 साल कम ले पूरा ठोक के टैक्स एवेजन का कम व्यापार का कम दुराचार का कम सारा कुछ 200 करोड़ बनाने 200 करोड़ तक तो वो टॉलरेबल है जो 500 करोड़ बनावे ना फिर गल है। हाँ इन्ना बना जाता है बना जाता है पक्की गल है ये पता लगे फिर ये तो है अमीर तबका फिर आ गया सलम तबका। लुधियाने शहर के जिन्ना सलम बसाया होया वो सियासदान ने बसाया। हाँ जिथे कितने भी झुब्बियां झुग्गियां छपरियां पाईया हुई एक छपरी दे विच काले प्लास्टिक की जिहड़ी है झुग्गी पाई हुई है उस 10 बंदे रेंदे आ जां 5 रेंदे आ वो सारा सलम जान बुझ के इत्थे पैदा किया फिर उन्होंने तो सलम का सलम वोटा पवाउंदा है उत्थे कुछ गुंडे रखे डांगा वाले कुछ मतलब एकदम मंदिर बना देंगे जिवें अपना एक तो फिर उसकी पूजा करता है उत्थे उहदे सामने सहु चुका देंगे उहदे सामने शनिदेव नूं कोई ना कुछ पैसे भी दे देंगे पंडित की नवी धोती पवा देंगे भी लो पंडित जी तुसीं भी अपनी धोती नूं बदलो भाई वो फिर कहिंदा भी शनिदेव की कृपा है। इस करके इहो जिहा कम धार्मिक बंदे तो सलमां च लिया जाता तो वह एन ब्लॉक वोटा एक बंदे नूं पाउंदे आ तुसीं हिसाब ला लो भी आ जिहड़ा सिविल लाइन का एरिया इत्थे वोट पैंदी है 35 तों 45% तो जिहड़ियां सलम दियां वोटां है उत्थे पैंदियां 85% अगे नहीं वधन दिता जा रहा। हाँ जी क्योंकि वोट है एंड ब्लॉक पौ धड़े दी धड़े ये जे मैं खड़ा होया तो मैं पता लग्या नहीं मैं किताबों चो नहीं पता लगना सी गरीबी है। हाँ अभी तो कहने जी गरीबी है ना 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 ये सारी शरारती जड़ सियासदाना की पैदा की हुई है और पूरी तरह लगे हुए ने उस जुमले पैदा करते हैं उस तो ही रियायत देंगे ने उतों तो उतों ही मतलब मुफ्त का अन्न देंगे उतों ही एक सूट के कपड़े देंगे उतु 2000, 10000, 15000 स्कूटरियाँ देंगे खजाने ज डा पैसा नहीं सिर्फ स्टेट के करजा 3 लख करोड़ का कहा जाता है पहले 2 लख करोड़ का कहें हूँ 3 लख करोड़ का तो रियायत फिर ही देंगे तो ये पुछो भी कितों देने पैसा तो है ही नहीं अगे भी पैसा नहीं आना तो सारा कुछ ये जुमले छड़ के वोटा मिल जाएगी ये पक्की गल है जित जाएंगे जी लोग बेचारे धोखा खा जाएंगे वाकई का धोखा खाएंगे हालांकि किसान अंदोलन ने इन्हों जगाने बड़ी बहुत योगदान पाया है किसान अंदोलन ने जगया है पर किसान अंदोलन के जो शहरी सलम है वो नहीं जागया कहने साढ़े को जमीन है नहीं पर जमीर है लोग बड़े नाल सीगे। हाँ पर पिंडा के बच्चे चेतना आई है इस करके पिंडा च जो कि जाते ने कि लोग बहरली फिरनी तो सवाल कर देंगे तो उदो उन्होंने निके निके सवालों का जवाब इन्हों को नहीं हों पर इस गलते सारिया पार्टियां कट्ठिया ने वो किमें ना किमें करके जी चेतना आई सी भी खुंडा कर लगे हुए ने। एक गल ये बड़ी चर्चा के रही है कि इन्हों का आपसी के फ्रेंडली मैच होंगे टीवी से लड़ते रहेंगे ने अकाली दल वाले कांग्रेस को गालां कढ़दे कांग्रेस वाले आम आदमी पार्टी लेकिन यह भी बड़ी चर्चा चलती है आम आदमी पार्टी दोष भी लाती भी सारे होंगे कट्ठे ने यह वारियां मन लेंगे ने एक बिल्कुल एक तो होंगे फ्रेंडली फ्रेंडली तो सत्त बगाने भी होंगे ये तो एक जिदे कुड़म ने यह तो बकायदा नानका मेला है उत्थे सिठणियां देंदे ने गाउंदियां दियां सिठणियां ते लड़दियां दियां गालां फिर सिठणियां कहिंदे भी खाधे सी लड्डू ते जम्मे सी डड्डू वे किधर गई वे तेरिया नानकियां है तो सिठणी तो सारे हसदे है पीती सी पिछवे जम्मे सी रिछवे कित्थे गई वे बलौरसियां तेरिया नानकियां कहिंदे ना इस करके सारिया सियासी पार्टियां सिठणियां दिंदियां पक्के एक दूजे दे यार ने पक्के इन्हां दे मनोरथ है जिहड़े चोण मनोरथ एक दूजे दे सांझे ने और शाम नूं एक दूजे नाल डिस्कस करके विचार वटांदरा करके दूजे दे नाल बोलदे आ भी अज जे कोई कसर बाकी तो कल नूं आपां कढ देंगे अंदाजा लाओ इन्ने सके ने। हुण एक इह वी गल आ जांदी है कि जदों चोणां आउंदियां ने 3 महीने पहले ना वफादारी जी शब्द हैगा वह खत्म हो जाता है। मैं 2 लीडर दी एग्जाम्पल दिना एक MLA होंगे कांग्रेस के
भाजपा शामिल हो जाते हैं तो तीजे दिन फिर दोबारा कांग्रेस च आ जाते हैं तो टिकट कितों भी नहीं मिलती। इदा ही हाँ इदा ही एक होर लीडर ने अमृतसर तो कांग्रेस पार्टी के जिला प्रधान भगवंत पाल सचर वो कहने मैं टिकट नहीं दी तो भाजपा शामिल हो गए तो 24 घंटे बाद दोबारा फिर कांग्रेस च आ गए। एक मतलब इन्हों करते भी नहीं इन्हों कुछ कहते भी करते तो बेचारे ने आया भी जमीर तो है नहीं राजनीतिक चेतना है नहीं जिहड़ी इन्हां दी राजनीतिकता जिहड़ी हैगी राजनीतिकता राजनीति सब लुट खोण दी है चौधर दी ते लुट खोण दी शोषण दी इह है और कोई सेवा सुवा कोई नहीं है। यह अक्सर मैंने किसी ने सवाल किया भी ये अदला बदली की नाम है वेले अदला बदली है ना जिहड़ी ये तीन प्रकार की होंदी है बदलियां की चीज़ ने मैं तीन प्रकार दी पहली हैगी अदला बदली ये सधार लोगों च होंदी है दूजी हैगी दल बदली एक हुआ तीजी है कि दला बदली ये राजनीतिक अदला बदली तो लेके दला बदली तक पहुँच गई और इन्होंने पहुँचाती और लोग ताड़ियाँ भी मार रहे इन दल्ला सुन के और तुम हैरान मनोगे तुम तो मीडिया वाले हो थोड़िया फोटो तुम खिंचोगे कोले जाओगे तो जिस दिन वोटा पा तो इन्ना बनी थोड़ू वोटा पिखाऊ हथ च इन्हों परची होगी मूँह तो शराब की बदबो मारी होगी रात की दो नंबर की पौए की शराब पीती तड़के वोट पाने चले हो पता ही कोई नहीं बेचारा भी असी कि आपका किमें असी कतल कर अगले पांच साल जुत्तियां खान फिर जुत्तियां पक्या खान गए आ थोड़े सामने आ पिछला पांच साल गुजरे ने की होया सारे मुलाजम चीकां मारी जाते पेंशनर चीकां मारी जाते डक्का दिता नहीं चलो दूजे का बेचारे अनपढ़ है तो पढ़े लिखे है ना ब्यूरोक्रेसी च ने सर्विस रहे फैसला तो इन्हों तो नहीं लिया जा रहा भी जे इन्हों की भाई स्याणे होकर फैसला ले लो भी तुम 6 लाख हो मुलाजम तो पेनशनर तकरीबन 6 लाख ने 90,000 के करीब फौजी ने 7 लाख हो गए ना हरेक बंदा 5 वोटा तो पा ही सकता भी 3-4 घर दियाँ एक अद्धी सहुरे की भी ले लैंदा भी को जाने भी प्रौने ने कहा भाई भाई एक अद्धी वोट पा दौ जे 5 वोटा लेंदा 6 लाख हो 30 लाख हो 30 लाख वोटा जिमें कहते भी तख्त हजारे नू हिला देना हाँ जे सोहे ढंग पैण फैसला तो इन्हों तो नहीं लिया जाता एक सलाम वाले गरीब तो बेचारे तो असं की उम्मीद करते हैं वो तो प्या ही मानसिक तौर पर दरड़िया पै वो तो किसी चीज़ की उम्मीद करनी औखी लगती है। हाँ आम आदमी पार्टी ने भगवंत मान को मुख्यमंत्री का चेहरा बनाया हाँ उन्होंने भगवंत मान को लगता तुम्हें भगवंत मान भगवंत मान एक तो पक्की गल है अज तक जे कोई पार्लीमेंट च पंजाब का चुनिया होया बंदा बोलिया चुनिया होया बंदा वो भगवंत मान तो बोलिया होर पंजाब का बंदा पार्लीमेंट जाके बोलिया नहीं थोड़ा चिर पहला बेंत सिंह की वजारत वेले जगमीत सिंह बराड़ बोलिया उदों पहला आईसिस कपूर से बोलिया 3 बंदे बोलिया पर जड़ा हुण बोलिया भगवंत मान ये बोलण की हाजरी बकायदा सामने आई वाकई बोलिया हाँ पंजाबियों की आवाज चुक आवाज चुकी है उन्हें नहीं तो पंजाब का जोड़ा सिख सरदार है उन्हों का किरदार भी दिल्ली वेख लो की होंगे की करते रहे पिछे तो जोड़ा पंजाब का हिंदू किरदार है तो वह भी वेखो दिल्ली की करते रहे पंजाब के हित की गल नहीं किसी ने की ये पक्की गल है गल बड़ी कौड़ी है मैनू कहने कोई डर भी नहीं है। हाँ जी ये राखी नहीं करते उत्थे जाके दिल्ली दी अजाशियां विच गलतान हो जाते हैं मौजा करते हैं मैनू एक बड़ी गल वधिया लगी कि सेवा सिंह गिल हुंदा सी कि मेवा सिंह गिल हाँ एम पी साहब वो आपसी विधि बैठे पंजाबी इकट्ठे होए हिंदू भी सी सिख भी सी MLA भी वो माड़ा मोटा पैग भी पी लैंदा सी उन्हें पैग पाया वह कहते भी मैं हैरान हाँ भी पंजाब के लोग अपन वोट पा क्यों देंगे करते तो डक्का नहीं कोठियां मिल जाएगियां गड्डिया मिल गई कोठियां मिल गई वोट मिल गए नोट मिल गए आता सानू वोट किमें पा दें इस गल की हैरानी इतने डक्का ही नहीं तोड़ते असं मैं हैरान होया भी चलो पंजाब का कोई माड़ा मोटा इन्नी गल मनिया तो है नहीं तो यह भी नहीं मनन तैयार और वाकई नहीं करते तुम हूँ वेख लो पिछले 5 साल की किया MP तो है ना दसो सिर्फ जे भगवंत मान ना बोलता हूँ तो खत्म कि नहीं बोलना से हाँ इस करके जे चेहरा है हालांकि मैं उन्होंने निजी तौर पर जानता नहीं मैं तो कला जानता
वह किसी भी चीज़ के नाल हस सकता है, चीज़ के नाल हासा पैदा कर सकता, थोड़े जे विवेक पैदा कर सकता, होर तो बड़ी निजी घाटा हो गई, मैं वो तो की लैना है, ठीक है ना। पर जिन्ना वो राजनीतिक तौर पर बोलिया वो अज तक सारे नालों बाकी नालों ठीक है, ठीक है। राजनीतिक परिवार नहीं है या हाँ, कोई भी एक पक्की गल है। सतौज पिंड है उत्थे सुनाम कोले भिखी कोले गरीब बड़े जे प्यो पता नहीं टीचर सी बेचारा मास्टर सी, तो उधर गुरबत सी कोई कम कुम वधा नहीं सी, ठीक है। कला सी, कला च अगे मग गया तो फिर इधर भी आ गया, उहदे नाल भी मनप्रीत बादल नाल भी हो गया सी, बेचारे ने बथेरे जिवें कहिंदे तरले ले, पर इत्थे आ के वाहवा टिक गया ते चेहरा कोई माड़ा नहीं है। हाल की घड़ी जिन्हें पंजाब के मुख्यमंत्री हुण तक बने ने, हुण तक कैरों तो लैके हुण तक घट्टो घट उन्हां नालों सारा नालों इहदा चेहरा बिल्कुल चंगा होगा। लोग हुण अखीर विच की करन, लोग कदों जागण, किवें जागण, किवें लीडरां नूं मतलब नत्थ पाई जावे तां कि लोकां दा भला हो सके। थोड़ा सवाल इह सब तो सौखा ते सब तो औखा है, देखो भी किवें जागण, ठीक है ना। चाबी नाल तां जागदे कोई नहीं, जागना तां विवेक नाल है, बुद्ध विवेक नाल। उहदा घर काफ़ी तंग है, यह है भी पढ़े लिखे बंदे जिहड़े पंजाब दा भला चाहुंदे उह लोकां च जाण, पिंडां च जाण, शहरां दे विच बोलण, मीडिया ते बोलण, सोशल मीडिया ते बोलण, हैं तां इहदे नाल लोकी जाग भी सकदे आ, पर सियासतदान नहीं जागण देणगे, इह पक्की गल है। हाँ जी, अहीं ला लो भी आपां सिविल लाइन एरिए च बैठे हाँ ना, सब तो पढ़िया लिखा एरिया, किन्ने क जागे ने दस दिओ तुसीं, गल करके वेखो। जाग वाली ते विवेक वाली गल नहीं, नाल दी नाल ही फिरकापरस्ती दी गल शुरू कर देणगे। कमाल धर्म नाल लड़ाउंदी, हालांकि धर्म नूं की फर्क पैण लग्गा, पर खड़ाते उत्थे मानसिकता दा ना गेर उत्थे पसाता। हाँ, जागना तां आप ही पऊगा, आपदी पीड़ मन के जागण। इन्नी गल जरूर है भी रवायती पार्टियां नूं जे लोग एक बारी खुडे लैण ला देण, जिहड़ियां पिछले 70 साल तो पुठे सीधे ढंग नाल काबज रहियां, नवी कोई भी चुण लैण, मान लो माड़ी है 5 साल ही जगाणगे ना, अगे जे तुसीं 75 साल गाल सकदे हो ते 5 होर गाड़ लो, एक्सपैरिमेंट कर लो। जे तां 5 सालां चो सही नितरिया धन भाग नहीं, 5 सालां मगरों जोड़ां च पा दिओ, आपदे सारे है। एक सदी च 5 साल कोई खास गल नहीं है, तो लोग नवा चेहरा नवी सोच वाले बंदे को आन तो भला हो जूगा। बहुत बहुत धन्यवाद साढ़े नाल गलबात करन लई, तां इह सन बापू बलकौर सिंह। उम्मीद है कि इन्हां दीआं गल्लां सुण के चोणां तो पहले जिहड़ा 20 फरवरी नूं तुसीं वोटां पाउण तो पहला सोच समझ के ही बटन दबाओगे कि तुसीं फ्री दे जिहड़े 1000 रुपया जां 2000 रुपया लैणा जां अपने आने वाले भविख नूं चंगा बनाउणा। कैमरामैन सतवंत मठाड़ू दे नाल अमरप्रीत सिंह मक्कड़, लुधियाना टाइम्स।